तुसी जुड़े हैं जस टीवी दे नाल ते मैं डॉक्टर वीर गलबात कर रहे हैं। अच्छ प्रभ आसरा विखे पहुँचे हाँ ते इतों के संस्थापक शमशेर सिंह जी नाल साडी गलबात चल रही है ते इत्थे इन्हां ने जिहड़ा बच्चों लई बाल घर बनाया और इत्थे इहदे नाल नाल हॉस्पिटल भी चल रहा हैगा ते चंगीआं सहूलतां उन्हां बच्चों नूं जिन्हां कोल कोई आसरा नहीं हैगा, पर शमशेर सिंह जी पूरे दिल खोल के ते अपने कुछ साथियों के सहयोग के नाल इस संस्था नूं अगे वधा रहे ने ते अज असीं उन्हां नाल गलबात करदे हां इस विशे नूं लै के। सत श्री अकाल शमशेर सिंह। सत श्री अकाल जी, बहुत बहुत धन्यवाद जी आए नूं जी। जिदा कि तुसी है ना इस संस्था नूं वड्डे पद्धर ते चला रहे हो और लगातार इस संस्था काम कर रही है, न्यासरिया नूं आसरा मिल रहा, हुण इत्थे नाल बाल घर चल रहा, उसारी हो रही है, चारे पासे वड्डे पद्धर ते काम चल रहा। मेरा ये सवाल है तुहानूं कि जिहड़े बच्चे ने जिन्हां दे सिर ते माँ बाप नहीं हैगे, जिन्हां नूं तुसी आसरा दिता, क्या जांदा कि जिहड़ा बच्चों का भविख बनाउणा बड़ा औखा हो जाता, बच्चों की पढ़ाई तो लैके बच्चों नूं पालना, पढ़ाई, नौकरी, ब्याह। तो शमशेर सिंह जी, तुसी ये बहुत वड्डा जिम्मा चुक्या एक, तो ਤੁਸੀਂ ਇਹਨਾਂ ਬੱਚਿਆਂ ਦਾ ਭਵਿੱਖ ਕਿਸ ਤਰ੍ਹਾਂ ਦੇਖਦੇ ਹੋ? ਹੁਣ ਬਚਪਨ ਤੋਂ ਲੈ ਕੇ ਤੁਸੀਂ ਇਹਨਾਂ ਨੂੰ ਅੱਗੇ ਤੱਕ ਲੈ ਕੇ ਜਾਓਗੇ, ਇਹਨਾਂ ਦੀ ਪੜ੍ਹਾਈ ਵੀ ਕਰਵਾਓਗੇ, ਅੱਗੇ ਜਿਹੜਾ ਸਮਾਜਿਕ ਤਾਣਾ ਬਾਣਾ ਵਿਆਹ ਵੀ ਕਰਨੇ ਆ, ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬਹੁਤ ਮੁਸ਼ਕਲ ਹੋ ਜਾਂਦੀਆਂ ਸਾਰੀਆਂ ਚੀਜ਼ਾਂ, ਪਰ ਸ਼ਮਸ਼ੇਰ ਸਿੰਘ ਜੀ ਨਾਲ ਅਸੀਂ ਇਸ ਵਿਸ਼ੇ 'ਤੇ ਗੱਲਬਾਤ ਕਰ ਰਹੇ ਹਾਂ। ਦੇਖੋ, ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਬੱਚਿਆਂ ਨੂੰ ਲੈ ਕੇ, ਉਹਨਾਂ ਦੇ ਆਉਣ ਵਾਲੇ ਭਵਿੱਖ ਨੂੰ ਲੈ ਕੇ, ਅਤੇ ਜਿਵੇਂ ਇੱਕ ਆਮ ਪੇਰੈਂਟਸ ਕਰਦੇ ਆ ਉਦਾਂ ਹੀ ਪ੍ਰਭ ਆਸਰਾ ਨੇ ਕਰਨਾ। ਪ੍ਰਭ ਆਸਰਾ ਦਾ ਪਰਿਵਾਰ ਹੈ, ਲੋਕ ਆਪਣੇ ਪਰਿਵਾਰਾਂ 'ਚ ਕਰਦੇ ਆ, ਪ੍ਰਭ ਆਸਰਾ ਨੇ ਆਪਣੇ ਪਰਿਵਾਰ ਦੇ ਵਿੱਚ ਕਰਨਾ ਜੀ। ਅਤੇ ਇਸ ਦੇ ਵਿੱਚ ਜੇ ਕਹੀਏ ਵੀ ਕੋਈ ਚਿੰਤਾ ਹੋ ਜਾਂਦੀ, ਕੋਈ ਕੁਛ ਹੋਰ ਹੋ ਜਾਂਦਾ, ਜਾਂ ਇਹਦੇ ਵਿੱਚ ਬਹੁਤ ਸਾਰੀਆਂ ਸੋਚਾਂ ਘੇਰਦੀਆਂ ਹੈ, ਮੈਨੂੰ ਲੱਗਦਾ ਵੀ ਐਸਾ ਕੁਛ ਨਹੀਂ ਹੈ। ਅਸੀਂ ਜਦੋਂ ਅਸੀਂ ਬਹੁਤ ਵੱਡੇ ਇੱਕ ਲੋਕਾਚਾਰ ਆਪਣੇ ਆਪ ਨੂੰ ਉਹਦੇ 'ਚ ਪਾ ਲੈਂਦੇ ਹਾਂ ਵੀ ਲੋਕ ਕੀ ਸੋਚਣਗੇ, ਕੀ ਕਹਿਣਗੇ, ਅਤੇ ਉਹ ਦੁਬਿਧਾ 'ਚੋਂ ਨਿਕਲਣਾ ਮੁਸ਼ਕਲ ਹੁੰਦਾ ਹੈ, ਅਤੇ ਕੰਮ ਕੋਈ ਵੀ ਔਖਾ ਨਹੀਂ ਹੁੰਦਾ, ਕਿਉਂਕਿ ਸਾਡਾ ਦੁਨੀਆਂ ਨੂੰ ਬਣਾਉਣ ਵਾਲਾ ਮਾਲਕ ਇੰਨਾ ਸਟਰੋਂਗ ਹੈ ਅਤੇ ਸੰਗਤ ਇਹਦੀ ਇੰਨੀ ਭਾਵਨਾ ਹੈਗੀ ਹੈ, ਸਮਾਜ ਦਾ ਦਰਦ ਰੱਖਣ ਵਾਲੇ ਵੀ ਲੋਕ ਬਹੁਤ ਜ਼ਿਆਦਾ ਹੈਗੇ ਹੈ, ਮਾਨਵਤਾ ਨੂੰ ਪ੍ਰੇਮ ਕਰਨ ਵਾਲੇ ਲੋਕ ਬਹੁਤ ਜ਼ਿਆਦਾ ਹੈਗੇ ਹੈ, ਅਤੇ ਕੋਈ ਵੀ ਚੀਜ਼ ਮੁਸ਼ਕਲ ਨਹੀਂ ਹੈਗੀ, ਸਭ ਕੁਛ ਜਿਵੇਂ ਪੇਰੈਂਟਸ ਆਪਣੇ ਬੱਚਿਆਂ ਦਾ ਕਰਦੇ ਹੈ ਇਸੇ ਤਰੀਕੇ ਨਾਲ ਬੱਚਾ ਭਾਵੇਂ ਸਪੈਸ਼ਲ ਹੈ, ਭਾਵੇਂ ਬੈਡ ਰਿਡਨ ਹੈ, ਅਤੇ ਭਾਵੇਂ ਬਹੁਤ ਹੀ ਇੰਟੈਲੀਜੈਂਟ ਹੈ, ਜਿਹੜਾ ਕਿ ਬੜੀਆਂ ਨੈਸ਼ਨਲ ਲੈਵਲ 'ਤੇ, ਇੰਟਰਨੈਸ਼ਨਲ ਲੈਵਲ 'ਤੇ ਅਲੱਗ ਅਲੱਗ ਗੇਮਸ ਦੇ ਵਿੱਚ ਵੀ ਸਿਲੈਕਟ ਹੁੰਦਾ ਹੈ, ਅਤੇ ਖਾਸ ਕਰਕੇ ਪੜ੍ਹਾਈ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਨਾ, ਪੰਜਾਬ ਦੇ ਵਿੱਚ ਕੋਈ 15ਵੇਂ ਨੰਬਰ 'ਤੇ ਆਇਆ ਅਤੇ ਕੋਈ ਮਤਲਬ ਆਪਣੇ ਏਰੀਏ 'ਚ ਪਹਿਲੇ ਪਹਿਲੇ ਨੰਬਰ 'ਤੇ ਵੀ ਆਏ ਹੈ, ਅਤੇ ਕੋਈ ਕਹਿੰਦਾ ਮੈਂ ਕੁਛ ਬਣਨਾ, ਕੋਈ ਕਹਿੰਦਾ ਮੈਂ ਡਾਕਟਰ ਬਣਨਾ, ਅਤੇ ਕੋਈ ਕਹਿੰਦਾ ਮੈਂ IAS ਦੀ ਤਿਆਰੀ ਕਰਨੀ ਹੁਣ ਇਸ ਵੇਲੇ, ਅਤੇ ਮੈਂ ਮਤਲਬ IPS ਬਣਨਾ, ਤੋ IAS ਬਣਨਾ, ਅਤੇ ਕੁਛ ਵੀ ਮਤਲਬ ਮੁਸ਼ਕਲ ਨਹੀਂ ਇਹਦੇ ਵਿੱਚ, ਤਾਂ ਕੋਈ ਐਸੀ ਮੁਸ਼ਕਲ ਗੱਲ ਹੀ ਨਹੀਂ। ਜਿੱਦਾਂ ਕਿ ਸ਼ਮਸ਼ੇਰ ਸਿੰਘ ਜੀ, ਇਹ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਹੈ, ਅੱਜ ਕੱਲ੍ਹ ਮਾਂ ਬਾਪ ਇੱਕ ਬੱਚੇ ਨੂੰ ਲੈ ਕੇ ਬੜੀ ਚਿੰਤਾ 'ਚ ਹੋ ਜਾਂਦੇ ਆ, ਪਰ ਤੁਹਾਡਾ ਪਰਿਵਾਰ ਬਹੁਤ ਵੱਡਾ ਹੈਗਾ, ਹੈ ਨਾ, ਅਤੇ ਤੁਸੀਂ ਲਗਾਤਾਰ ਇਸ ਸੇਵਾ ਦੇ ਵਿੱਚ ਲੱਗੇ ਹੋਏ ਹੋ। ਕੁਛ ਬੱਚੇ ਐਸੇ ਨੇ ਜਿਹੜੇ ਦੂਸਰਿਆਂ 'ਤੇ ਨਿਰਭਰ ਕਰਦੇ ਨੇ, ਵਿਕਲਾਂਗ ਨੇ ਜਾਂ ਮਾਨਸਿਕ ਤੌਰ 'ਤੇ ਓਨੇ ਸਟਰੋਂਗ ਨਹੀਂ ਹੈਗੇ, ਹੈ ਨਾ, ਤਾਂ ਤੁਸੀਂ ਜਿਹੜੇ ਉਹਨਾਂ ਬੱਚਿਆਂ ਨੂੰ ਲੈ ਕੇ ਤੁਸੀਂ ਮਤਲਬ ਤੁਹਾਡਾ ਕੀ ਰਵੱਈਆ ਰਹਿੰਦਾ ਕਿ ਜਿਹੜੇ ਬੱਚੇ ਦੂਸਰਿਆਂ 'ਤੇ ਡਿਪੈਂਡ ਕਰਦੇ ਨੇ ਉਹਨਾਂ ਦਾ ਫਿਊਚਰ ਕੀ ਹੈ? ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਅਸੀਂ ਵਿਕਲਾਂਗ ਨਾ ਹੋਈਏ ਜੀ, ਅਤੇ ਕੋਈ ਮੁਸ਼ਕਲ ਨਹੀਂ ਹੈ, ਉਹਨਾਂ ਦੇ ਲਈ ਫਿਜੀਓਥੈਰਾਪਿਸਟ ਲੱਗੇ ਹੋਏ ਹੈ, ਉਹਨਾਂ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਲਈ ਔਰਥ ਵਾਲੇ ਡਾਕਟਰ ਹੈ ਇੱਥੇ, ਡਾਕਟਰਾਂ ਦੀ ਹੋਰ ਇੱਕ ਦਿਨ ਦੇ ਵੀ ਹਰ ਰੋਜ਼ ਡਾਕਟਰ ਸਪੈਸ਼ਲਿਸਟ ਅਲੱਗ ਅਲੱਗ ਜਿਹੜੇ ਹੈਗੇ ਇੱਥੇ ਆਉਂਦੇ ਹੈਗੇ ਆ, ਇਨਕਲੂਡਿੰਗ ਸਾਈਕੈਟ੍ਰਿਸਟ ਜਿਹੜੇ ਹੈ ਉਹ ਇੱਥੇ ਆਉਂਦੇ ਹੈਗੇ ਆ, ਮਤਲਬ ਅਸੀਂ ਵਿਕਲਾਂਗ ਨਾ ਹੋ ਜਾਈਏ ਅਤੇ ਕੋਈ ਪ੍ਰੋਬਲਮ ਨਹੀਂ, ਉਹ ਸਟਰੋਂਗ ਹੁੰਦੇ ਜਾਣਗੇ ਬਸ। ਬਿਲਕੁਲ ਜੀ, ਬਿਲਕੁਲ, ਇਹ ਬਹੁਤ ਤੁਹਾਡਾ ਇੱਕ ਚੰਗੀ ਸੋਚ ਹੈਗੀ ਆ ਜਿਹਨੂੰ ਤੁਸੀਂ ਨਾਲ ਲੈ ਕੇ ਚੱਲਦੇ ਹੋ। ਕਹਿੰਦੇ ਹੁੰਦੇ ਆ ਕਿ ਇਨਸਾਨ ਦੀ ਸੋਚ ਹੈਗੀ ਆ ਜਿਹੜੀ ਉਹ ਅੰਗਹੀਣ ਨਹੀਂ ਹੋਣੀ ਚਾਹੀਦੀ, ਉਹ ਹੈਂਡੀਕੈਪ ਨਹੀਂ ਹੋਣੀ ਚਾਹੀਦੀ, ਹੈ ਨਾ। ਜਿੱਦਾਂ ਹੁਣ ਇੱਥੇ ਜਿਹੜੇ ਬੱਚੇ ਆ ਕੁਛ ਕੁਦਰਤੀ ਤੌਰ 'ਤੇ ਕੁਛ ਬਿਮਾਰੀਆਂ ਦੇ ਸ਼ਿਕਾਰ ਨੇ ਜਾਂ ਮਾਨਸਿਕ ਤੌਰ 'ਤੇ ਸਹੀ ਨਹੀਂ ਹੈ, ਹੈ ਨਾ, ਤੁਹਾਡੇ ਕੋਲ ਕੁਝ ਐਸੇ ਬੱਚੇ ਵੀ ਆਉਂਦੇ ਹੋਣਗੇ ਜਿਹੜੇ ਸਮਾਜਿਕ ਧੱਕੇਸ਼ਾਹੀ ਦਾ ਮਤਲਬ ਸ਼ਿਕਾਰ ਹੋਏ? ਹਾਂ ਬਿਲਕੁਲ, ਬਹੁਤ ਸਾਰੇ ਬੱਚੇ ਹੈਗੇ ਆ, ਕਈ ਪੇਰੈਂਟਸ ਤੋਂ ਬਾਅਦ ਹੋ ਗਏ, ਕਈ ਪੇਰੈਂਟਸ ਦੇ ਹੁੰਦਿਆਂ ਵੀ ਹੋ ਗਏ, ਕੋਈ ਮਤਲਬ ਪੇਰੈਂਟ ਹੀ ਹੈ ਨਾ, ਮਦਰ ਨਹੀਂ ਹੈਗੀ, ਕਿਸੇ ਦਾ ਫਾਦਰ ਨਹੀਂ ਹੈਗਾ, ਬਹੁਤ ਸਾਰੇ ਕੇਸ ਹੈਗੇ ਆ ਇੱਦਾਂ ਦੇ, ਅਤੇ ਉਹਨਾਂ ਨੂੰ ਫਿਰ ਜਦੋਂ ਸਾਡਾ ਚਾਈਲਡ ਵੈਲਫੇਅਰ ਕਮੇਟੀ ਜਿਹੜੀ ਆ ਹਰ ਜ਼ਿਲ੍ਹੇ 'ਚ ਲੱਗੀ ਹੋਈ ਹੈ, ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਆਫਿਸਰ ਲੱਗੇ ਹੋਏ ਆ, ਪੁਲਿਸ ਦੇ ਥਰੂ ਉਹਨਾਂ ਕੋਲ ਇਨਫੋਰਮੇਸ਼ਨ ਪਹੁੰਚੀ ਜਾਂ ਡਾਇਰੈਕਟ ਉਹਨਾਂ ਕੋਲ ਪਹੁੰਚੀ, ਅਤੇ ਜਦੋਂ ਉਹਨਾਂ ਨੇ ਦੇਖਿਆ ਵੀ ਘਰ 'ਚ ਬੱਚਾ ਮਤਲਬ ਇਸ ਵੇਲੇ ਸੰਭਾਲਣ ਵਾਲਾ ਕੋਈ ਨਹੀਂ ਰਿਹਾ, ਜਾਂ ਕਿਸੇ ਦੇ ਨਾਨੀ ਰਹਿ ਗਈ, ਕਿਸੇ ਦੀ ਦਾਦੀ ਰਹਿ ਗਈ, ਜਿਹਨਾਂ ਕੋਲ ਇਨਕਮ ਦਾ ਸਾਧਨ ਨਹੀਂ ਹੈ, ਜਿਹਨਾਂ ਦੀ ਆਪਣੀ ਸਿਹਤ ਬਿਲਕੁਲ ਅਲਾਓ ਨਹੀਂ ਕਰਦੀ, ਖੁਦ ਹੀ ਡਿਪੈਂਡੈਂਟ ਹੈਗੇ ਹੈ, ਅਤੇ ਉਹ ਫਿਰ ਪ੍ਰਭ ਆਸਰਾ ਦੇ ਵਿੱਚ ਬੱਚੇ ਦਾਖਲ ਹੋ ਜਾਂਦੇ ਆ, ਅਤੇ ਉਹ ਮਤਲਬ ਜਿਵੇਂ ਪੇਰੈਂਟਸ ਆਪਣੇ ਬੱਚਿਆਂ ਨੂੰ ਸੰਭਾਲਦੇ ਹਾਂ, ਅਤੇ ਅਸੀਂ ਉਹਨਾਂ ਨੂੰ ਪੂਰੀ ਸਾਡਾ ਜਿਹੜੀ ਡਿਊਟੀ ਹੈਗੀ ਹੈ, ਅਤੇ ਉਹ ਅਸੀਂ ਮਤਲਬ ਅਸੀਂ ਮਾਨਸਿਕ ਮਤਲਬ ਕਹੀਏ ਵੀ ਰੋਗੀ ਨਾ ਹੋਈਏ, ਫਿਰ ਮਤਲਬ ਕਿਸੇ ਨੂੰ ਸੰਭਾਲਣਾ ਕੋਈ ਐਸੀ ਗੱਲ ਨਹੀਂ, ਸੰਭਾਲਣ ਵਾਲਾ ਮਾਲਕ ਹੈ, ਸੰਗਤ ਹੈ, ਅਤੇ ਗੱਲ ਇਹੀ ਆ ਜਾਂਦੀ, ਕਹਿੰਦੇ ਵੀ ਸਵਾਹ ਕਮਲਾ ਜਿਹਾ ਫਿਰਦਾ, ਮੈਂ ਕਮਲਾ ਕਮਲੇ ਅਸੀਂ ਹਾਂ, ਇਹ ਤਾਂ ਇੱਕ ਹਾਲਤ ਹੁੰਦੀ ਹੈ, ਸਟੇਜ ਆ ਇੱਕ ਵੀ ਜਿਸ ਦੇ ਵਿੱਚ ਉਹਨੂੰ ਹੈਲਪ ਦੀ ਲੋੜ ਹੈ, ਬੱਚਾ ਛੋਟਾ ਜਿਹਾ ਉਹਨੂੰ ਹੈਲਪ ਦੀ ਲੋੜ ਹੈ, ਬਜ਼ੁਰਗ ਹੈ ਉਹਨੂੰ ਹੈਲਪ ਦੀ ਲੋੜ ਹੈ,
ਵੀ ਇਹ ਨਹੀਂ ਹੈਗੇ ਮਤਲਬ ਕਮਲੇ ਕਮਲੇ ਹੈਗੇ ਅਸੀਂ, ਇਹ ਨਹੀਂ ਹੈਗੇ ਲਾਚਾਰ ਲਾਚਾਰ ਹੈਗੇ ਅਸੀਂ। ਸਾਨੂੰ ਰੱਬ ਨੇ ਏਬਲ ਬੋਡੀ ਦਿੱਤੀ ਹੈ, ਹੁਣ ਤੱਕ ਏਬਲ ਰੱਖਿਆ ਜਿਹਦੇ ਪਿੱਛੇ ਸਾਡੀ ਕੋਈ ਵੀ ਕਲਾ ਨਹੀਂ ਹੈਗੀ, ਅਤੇ ਇਸ ਕਰਕੇ ਜੇ ਸਾਨੂੰ ਏਬਲ ਬੋਡੀ ਦਿੱਤੀ ਹੈ, ਸਾਡੇ ਕੁਛ ਬਜ਼ੁਰਗ ਹੈ ਜ਼ਿੰਦਗੀ ਦੇ ਅਖੀਰਲੇ ਸਮੇਂ ਦੇ ਵਿੱਚ ਜਾਂ ਕੁਛ ਜ਼ਿੰਦਗੀ ਦੇ ਸਫ਼ਰ ਦੌਰਾਨ ਕੋਈ ਇਹੋ ਜਿਹੀਆਂ ਘਟਨਾਵਾਂ ਦਾ ਸ਼ਿਕਾਰ ਹੋ ਗਏ, ਅਤੇ ਮਤਲਬ ਜੇਕਰ ਅਸੀਂ ਲਾਚਾਰ ਨਹੀਂ ਹੈਗੇ ਤਾਂ ਫਿਰ ਉਹ ਰੁਲ ਨਹੀਂ ਸਕਦੇ। ਅਸੀਂ ਲਾਚਾਰ ਹੋ ਗਏ, ਅਸੀਂ ਕਮਜ਼ੋਰ ਹੋ ਗਏ, ਅਸੀਂ ਕਮਲੇ ਹੋ ਗਏ, ਬਸ ਅਸੀਂ ਕਮਲੇ ਨਾ ਹੋਈਏ, ਅਸੀਂ ਆਪਣਾ ਇਲਾਜ ਕਰ ਲਈਏ ਤਾਂ ਸਭ ਦਾ ਇਲਾਜ ਹੋ ਜਾਏਗਾ। ਕਹਿੰਦੇ ਕਿ ਸਾਡੀ ਜਿਹੜੀ ਸੋਚ ਹੈਗੀ ਉਹ ਸਿਹਤਮੰਦ ਹੋਣੀ ਚਾਹੀਦੀ ਹੈ, ਦਰੁਸਤ ਹੋਣੀ ਚਾਹੀਦੀ ਹੈ, ਤਾਂ ਕਿ ਜਿਹੜਾ ਸਾਡਾ ਮਿਸ਼ਨ ਅਸੀਂ ਲੈ ਕੇ ਚੱਲਿਆ ਸੀ ਉਹਦੇ 'ਚ ਕਾਮਯਾਬ ਹੋਈਏ। ਅੱਛਾ ਸ਼ਮਸ਼ੇਰ ਸਿੰਘ ਜੀ, ਮੇਰਾ ਇੱਕ ਸਵਾਲ ਹੈ, ਜਿਹੜੇ ਬੱਚੇ ਸਮਾਜਿਕ ਧੱਕੇਸ਼ਾਹੀਆਂ ਦਾ ਸ਼ਿਕਾਰ ਹੁੰਦੇ ਨੇ, ਹੈ ਨਾ, ਕਦੇ ਉਹਨਾਂ ਦੇ ਮਾਂ ਬਾਪ ਨੇ ਮੁੜ ਕੇ ਪਹੁੰਚ ਕੀਤੀ ਹੈ ਕਿ ਅਸੀਂ ਆਪਣੇ ਬੱਚੇ ਨੂੰ ਲਈਏ ਜਾਂ ਉਹਦੇ ਨਾਲ ਧੱਕੇਸ਼ਾਹੀ ਹੋ ਗਈ, ਜਾਂ ਤੁਸੀਂ ਕੋਈ ਇੱਦਾਂ ਦੀ ਪਹੁੰਚ ਕੀਤੀ ਹੈ ਕਿ ਅਗਰ ਬੱਚੇ ਨਾਲ ਧੱਕਾ ਹੋਇਆ ਤਾਂ ਅਸੀਂ ਉਹਦੇ ਮਾਂ ਬਾਪ ਕੋਲ ਪਹੁੰਚਾਈਏ, ਕਦੇ ਇੱਦਾਂ ਦਾ ਕੋਈ ਯਤਨ ਕੀਤਾ ਹੋਵੇ? ਨਹੀਂ, ਇਸ ਤਰ੍ਹਾਂ ਤਾਂ ਬਹੁਤ ਸਾਰੇ ਬੱਚੇ ਹੈਗੇ ਜਿਹੜੇ ਕਿ ਆਪਣੇ ਪੇਰੈਂਟਸ ਕੋਲ ਪਹੁੰਚ ਚੁੱਕੇ ਹਨ, ਦੁਬਾਰੇ ਮਿਸਿੰਗ ਬੱਚੇ ਹੈਗੇ ਉਹਨਾਂ ਦੇ ਵਿੱਚ। ਅਦਰਵਾਈਜ਼ ਇਹਦੇ ਲਈ ਸਪੈਸ਼ਲ ਜਿਹੜੀ ਹੈਗੀ ਹੈ ਚਾਈਲਡ ਵੈਲਫੇਅਰ ਕਮੇਟੀ ਬਣੀ ਹੋਈ ਹੈ ਹਰ ਜ਼ਿਲ੍ਹੇ ਦੇ ਵਿੱਚ, ਅਤੇ ਬੜੇ ਸੀਨੀਅਰ ਮੈਂਬਰ ਹੁੰਦੇ ਉਹਦੇ ਵਿੱਚ, ਅਤੇ ਚਾਈਲਡ ਪ੍ਰੋਟੈਕਸ਼ਨ ਆਫਿਸਰ ਹੈ, ਅਤੇ ਜੁਡੀਸ਼ਰੀ ਵੀ ਇਨਵੋਲਵ ਹੁੰਦੀ ਹੈ। ਉਹ ਹਰ ਮਹੀਨੇ ਜਿਹੜੀ ਹੈ ਅਸੈਸਮੈਂਟ ਕਰਦੀ ਰਹਿੰਦੀ ਹੈ ਵੀ ਕਿਹੜੇ ਬੱਚਿਆਂ ਨੂੰ ਕਿਸ ਤਰੀਕੇ ਨਾਲ ਮਤਲਬ ਲੋੜ ਹੈਗੀ ਹੈ। ਸੈਂਕੜੇ ਹੀ ਬੱਚੇ ਹੈ ਜੀ ਅਡੋਪਸ਼ਨ 'ਚ ਗਏ ਹੋਏ ਜਿਹੜੇ, ਅਤੇ ਸੈਂਕੜੇ ਹੀ ਬੱਚੇ ਹੈਗੇ ਹੈ ਜਿਹੜੇ ਕਿ ਪੇਰੈਂਟਸ ਮਿਲੇ ਉਹਨਾਂ ਦੇ ਹਵਾਲੇ ਹੋਏ ਹੈ, ਅਤੇ ਸੈਂਕੜੇ ਬੱਚੇ ਇੱਥੇ ਰਹਿ ਰਹੇ ਹੈਗੇ ਹੈ, ਅਤੇ ਲਗਾਤਾਰ ਪ੍ਰੋਸੈਸ ਚੱਲਦਾ ਹੈਗਾ ਕਿ ਬੱਚਿਆਂ ਦੀ ਰੀਹੈਬਿਲੀਟੇਸ਼ਨ ਕਿੱਦਾਂ ਹੋਵੇ, ਅਤੇ ਜਿਹੜੇ ਬੱਚਿਆਂ ਦਾ ਕੋਈ ਨਹੀਂ ਹੈਗਾ ਅਤੇ ਉਹ ਬੱਚਿਆਂ ਦਾ ਇਹ ਘਰ ਹੈਗਾ, ਅਤੇ ਭਾਵੇਂ ਉਹ ਫਿਜ਼ੀਕਲ ਕੋਈ ਪ੍ਰੋਬਲਮ ਦਾ ਸ਼ਿਕਾਰ ਹੈ, ਮੈਂ ਜਿਵੇਂ ਦੱਸਿਆ ਤੁਹਾਨੂੰ ਤਿੰਨ ਉਹਨਾਂ ਲਈ ਫਿਜ਼ੀਓਥੈਰਾਪਿਸਟ ਲੱਗੇ ਹੋਏ ਹੈ, ਅਤੇ ਉਹਨਾਂ ਲਈ ਡਾਕਟਰ ਲੱਗੇ ਹੋਏ ਹੈ, ਅਤੇ ਉਹਨਾਂ ਨੂੰ ਇੰਪਰੂਵ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਜਿਹੜੇ ਵਿਚਾਰੇ ਬਿਲਕੁਲ ਹੀ ਵੀਲਚੇਅਰ 'ਤੇ ਪ੍ਰੋਪਰ ਬੈਠ ਨਹੀਂ ਸਕਦੇ ਸੀ, ਅਤੇ ਅੱਜ ਉਹ ਵਾਕਰ ਦੇ ਨਾਲ ਮਤਲਬ ਚੱਲ ਰਹੇ ਹੈਗੇ ਹੈ, ਅਤੇ ਕਈ ਤਾਂ ਬਹੁਤ ਜ਼ਿਆਦਾ ਇੰਪਰੂਵ ਹੋ ਗਏ, ਕਈ ਦੂਜਿਆਂ ਦੀ ਹੈਲਪ ਕਰਨ ਲੱਗ ਗਏ, ਅਤੇ ਇਹ ਤਾਂ ਲਗਾਤਾਰ ਉਹਨਾਂ ਦੀ ਇੰਪਰੂਵਮੈਂਟ ਦਾ ਜਿਹੜਾ ਪ੍ਰੋਸੈਸ ਹੈਗਾ, ਅਤੇ ਵਿਦ ਟੈਕਨੀਕਲ ਜਿਹੜੀ ਸਾਡੀ ਮੈਡੀਕਲ ਟੀਮ ਹੈਗੀ ਹੈ ਉਹਦੇ ਸਪੋਰਟ ਨਾਲ, ਜਿਹਦੇ ਵਿੱਚ ਲਗਭਗ 30 ਪਲੱਸ ਡਾਕਟਰ ਕੰਮ ਕਰ ਰਹੇ ਹੈ, ਅਤੇ ਜਿਹਦੇ ਵਿੱਚ GDA ਅਤੇ ਜਿਹਦੇ ਵਿੱਚ ਪੈਰਾਮੈਡੀਕਲ ਸਟਾਫ, ਉਹ ਵੀ 60 ਤੋਂ ਵੱਧ ਹੋਏਗਾ, ਹੁਣ 70 ਦੇ ਕਰੀਬ ਹੋਏਗਾ, ਜਿਹੜੇ ਕਿ ਹੁਣ ਵਿਧਵਾ ਹੈਗੀ ਹੈ, ਬੱਚਾ ਹੈ ਉਹਦਾ ਵੱਡਾ, ਡਿਪਰੈਸ਼ਨ ਤੋਂ ਪੀੜਿਤ, ਕੋਈ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਘਰ ਦੇ ਵੀ ਸੰਭਾਲ ਨਹੀਂ ਸਕਦੇ, ਉਹਨਾਂ ਲਈ ਵੀ ਅਲੱਗ ਅਲੱਗ ਅਸੀਂ ਆਈਸੋਲੇਟਡ ਰੂਮ ਜਿਹੜੇ ਕਿ ਹਾਰਮਫੁਲ ਟੂ ਅਦਰ ਜਾਂ ਕੁਛ ਇੱਦਾਂ ਪਹਿਲੀ ਸਟੇਜ 'ਤੇ ਹੈਗੇ ਬੱਚਿਆਂ ਦੇ ਏਰੀਏ 'ਚ ਬਣ ਰਿਹਾ ਜਿਹੜਾ ਸਾਹਮਣੇ, ਅਤੇ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਵੀ ਅਸੀਂ ਅਲੱਗ ਅਲੱਗ ਕਮਰੇ ਬੱਚਿਆਂ ਦੇ ਲਈ ਕੱਢੇ, ਜਿਹੜੇ ਬੱਚਿਆਂ ਦੀ ਕੋਈ ਇੱਦਾਂ ਦੀ ਜ਼ਿਆਦਾ ਹਾਈਪਰ ਹੈ ਦੂਜੇ 'ਚ ਨਹੀਂ ਰੱਖੇ ਜਾ ਸਕਦੇ ਜੀ, ਇੱਧਰ ਜਿਹੜੇ ਦੂਜੇ ਹੈਗੇ ਅਡਲਟ ਹੈਗੇ ਉਹਨਾਂ ਲਈ ਅਸੀਂ ਅਲੱਗ ਅਲੱਗ ਕਮਰੇ ਕੱਢੇ ਹੈਗੇ, ਉਹਨਾਂ 'ਚ ਫੈਸਿਲਿਟੀ ਹੈਗੀ ਹੈ ਵੀ ਮੰਨ ਲਓ 100 ਫੁੱਟ ਦਾ ਸਕੇਅਰ ਫੁੱਟ ਦਾ ਕਮਰਾ ਹੋਏਗਾ, ਉਹਦੇ ਵਿੱਚ ਟੋਇਲਟ ਹੈ, ਹੋਏਗਾ ਨਹੀਂ ਹੈਗਾ ਮਤਲਬ ਹੁਣ ਕਾਫੀ ਹੱਦ ਤੱਕ ਤਿਆਰ ਹੋ ਗਏ ਹੈ, ਅਤੇ ਸੰਗਤ ਦੇ ਸਹਿਯੋਗ ਦੇ ਨਾਲ, ਅਤੇ ਉਹਦੇ ਵਿੱਚ ਮਤਲਬ ਉਹ ਡਾਕਟਰ ਸਾਡੇ ਦੱਸਦੇ ਹੁੰਦੇ ਹੈ ਕਿ ਜੇਕਰ ਆਪਾਂ ਇਹਨਾਂ ਦੇ ਉੱਤੇ ਕੁਛ ਦਿਨ ਮਿਹਨਤ ਕਰਾਂਗੇ ਨਾ ਵੀ ਇਸ ਮਾਤਾ ਨੂੰ ਬਹੁਤ ਵੱਡੀ ਰਿਲੀਫ ਮਿਲ ਜਾਏਗੀ, ਜਿਹੜੀ ਹੁਣ ਮਾਤਾ ਇਹਨੂੰ ਸੰਭਾਲ ਨਹੀਂ ਪਾ ਰਹੀ ਸੰਗਲ ਨਾਲ ਬੰਨਿਆ ਹੋਇਆ, ਅਤੇ ਇਹ ਬੜੀ ਜਲਦੀ ਮਾਤਾ ਦੀ ਸੇਵਾ ਕਰਨੇ ਕੈਪੇਬਲ ਹੋਜੂਗਾ, ਇਹ ਸਾਨੂੰ ਰਿਜ਼ਲਟ ਮਿਲ ਰਹੇ ਹੈ। ਬਿਲਕੁਲ, ਗੋਬਿੰਦਗੜ੍ਹ ਤੋਂ ਵੀ ਇੱਦਾਂ ਹੀ ਅਲੱਗ ਅਲੱਗ ਜਗ੍ਹਾ ਤੋਂ ਸਾਨੂੰ ਮਿਲੇ ਰਿਜ਼ਲਟ, ਅਤੇ ਮੇਰਾ ਕਹਿਣ ਦਾ ਮਤਲਬ ਵੀ ਸਾਨੂੰ ਥੋੜ੍ਹੀ ਜਿਹੀ ਕੋਸ਼ਿਸ਼ ਦੀ ਲੋੜ ਹੈ, ਤਾਂ ਵੱਡੀ ਗਿਣਤੀ ਦੇ ਵਿੱਚ ਨਾਗਰਿਕਾਂ ਨੂੰ ਹੈਲਪ ਹੋ ਸਕਦੀ ਹੈ। ਸਾਡਾ ਤਾਂ ਦਿਲ ਕਰਦਾ ਫਟਾਫਟ ਵੀ ਐਡਾ ਵੱਡਾ ਇੱਕ ਇਸ ਤਰ੍ਹਾਂ ਦਾ ਸੈਕਟਰ ਬਣਾਈਏ, ਲਾਈਕ ਅਲੱਗ ਅਲੱਗ ਸੈਕਟਰ ਬਣਾਈਏ, ਜਿਵੇਂ ਚੰਡੀਗੜ੍ਹ ਦੇ ਵਿੱਚ ਬਣੇ ਹੋਏ ਹੈ ਵੀ ਇਸ ਕੈਟਾਗਰੀ ਦੇ ਬਜ਼ੁਰਗਾਂ ਲਈ ਹੈ, ਅਤੇ ਜਿਹੜੇ ਬੈੱਡ ਰਿਡਨ ਨੇ ਬਜ਼ੁਰਗਾਂ ਲਈ, ਇਹ ਸਪੈਸ਼ਲੀ ਜਿਹੜੇ ਕੋਈ ਡਮੈਂਸ਼ੀਆ ਤੋਂ ਪੀੜਿਤ ਹੈ ਕੁਛ, ਹੈ ਨਾ, ਇਸ ਤਰ੍ਹਾਂ ਦੇ ਹਾਲਾਤਾਂ ਤੋਂ ਪੀੜਿਤ ਹੈ, ਅਤੇ ਕੁਛ ਬਜ਼ੁਰਗ ਹੈ ਜਿਹੜੇ ਕਿ ਬੇਚਾਰੇ ਅਖੀਰਲੇ ਸਮੇਂ 'ਚ ਇਕੱਲੇ ਰਹਿ ਗਏ ਹੁਣ, ਵੀ ਉਹਨਾਂ ਦਾ ਇੱਦਾਂ ਹੀ ਅਡਲਟ ਦੇ ਵਿੱਚ, ਇੱਦਾਂ ਹੀ ਲੜਕੀਆਂ ਵਿੱਚ, ਇੱਦਾਂ ਹੀ ਲੜਕਿਆਂ 'ਚ, ਅਤੇ ਇੱਦਾਂ ਹੀ ਬੱਚਿਆਂ 'ਚ, ਇੱਦਾਂ ਹੀ ਇਨਫੈਂਟਸ ਦੇ ਵਿੱਚ, ਵੀ ਇਹਨਾਂ ਲਈ ਸੈਕਟਰ ਬਣਾਈਏ, ਕੇਅਰਿੰਗ ਸਿਟੀ ਬਣਾਈਏ, ਅਤੇ ਸਬ ਸੈਂਟਰ ਬਣਾਈਏ ਅਲੱਗ ਅਲੱਗ ਆਪਣੀਆਂ ਜ਼ਿਲ੍ਹਿਆਂ ਦੇ ਵਿੱਚ, ਅਤੇ ਮੇਨ ਸੈਂਟਰ ਇੱਥੇ, ਅਤੇ ਇੱਕ ਐਂਬੂਲੈਂਸ ਦਾ ਜਾਲ ਵਿਛਾਈਏ ਚਾਰ ਚੁਫੇਰੇ, ਵੀ ਸਾਡੀ ਐਂਬੂਲੈਂਸ ਜਿਹੜੀ ਹੈਗੀ ਹੈ ਵੀ 15 ਤੋਂ 30 ਮਿੰਟ ਦੇ ਵਿੱਚ ਵਿੱਚ ਸਾਡੀ ਐਂਬੂਲੈਂਸ ਸਪੀਡ ਅਤੇ ਨਾਗਰਿਕ ਦੇ ਕੋਲ ਸਾਡੇ ਕੋਲ ਪਹੁੰਚ ਜਾਵੇ, ਉਹਦੇ ਉੱਤੇ ਵਰਕ ਕਰਨਾ ਸ਼ੁਰੂ ਕੀਤਾ ਹੋਇਆ, ਅਤੇ ਵੀ ਪਹਿਲਾਂ ਅਡੋਪਟ ਕਰਾਂਗੇ ਅਸੀਂ ਇਹ ਜੇ ਰਿਹਰਸਲ, ਅਤੇ IVR ਸਿਸਟਮ ਲਗਾ ਕੇ ਜਿਹਦੇ ਉੱਤੇ ਅਲੱਗ ਅਲੱਗ ਪ੍ਰੋਬਲਮਸ ਦੀਆਂ ਲਾਈਨਾਂ ਜਿਹੜੀਆਂ ਹੈਗੀਆਂ, ਇੱਕ ਸਮੇਂ 'ਚ ਉਹਦੇ 'ਚ ਅਸੀਂ ਜਿਹੜੀ ਪਲੈਨਿੰਗ ਕੀਤੀ ਹੈ ਵੀ 12 ਲਾਈਨਾਂ ਔਨ ਹੋਣਗੀਆਂ, ਅਤੇ ਉਹਦੇ ਉੱਤੇ ਵਰਕ ਚੱਲ ਰਿਹਾ ਹੈਗਾ, ਅਤੇ ਉਹ ਸੈਟਅਪ ਕਰਕੇ ਸਿਸਟਮ ਵੀ ਅਲੱਗ ਅਲੱਗ ਜਗ੍ਹਾ ਤੋਂ ਜਿਹੜੀ ਵੀ ਪ੍ਰੋਬਲਮ ਬਜ਼ੁਰਗਾਂ ਦੀ ਹੈ, ਉਹਦੇ ਵਿੱਚ ਅਸੀਂ ਐਂਬੂਲੈਂਸਾਂ ਨੂੰ ਵੀ 3 ਪਾਰਟ ਦੇ ਵਿੱਚ ਡਿਵਾਈਡ ਕੀਤਾ, ਇੱਕ ਤਾਂ ਹਾਈ ਰਿਸਕ ਵਾਲੀ ਐਂਬੂਲੈਂਸ ਹੋਏਗੀ, ਹੈ ਨਾ, ਉਹਦੇ ਲਈ 24 ਘੰਟੇ ਤਿਆਰ ਜਿਹੜੀ, ਅਤੇ ਦੂਜੀਆਂ ਮਤਲਬ ਐਂਬੂਲੈਂਸਾਂ ਅਲੱਗ ਅਲੱਗ ਹੈਗੀਆਂ ਵੀ ਇੱਕ ਤਾਂ ਬਜ਼ੁਰਗਾਂ ਦੇ ਲਈ ਜਾਂ ਇੱਕ ਬੱਚਿਆਂ ਦੇ ਲਈ ਜਿਹੜੀ ਐਂਬੂਲੈਂਸ ਹੈਗੀ ਹੈ,
ਅਤੇ ਮਤਲਬ ਉਹਦੇ ਵਿੱਚ ਇੱਕ ਨੂੰ ਇਨਕਲੂਡ ਕਰਾਂਗੇ ਜਿਹਦੇ ਵਿੱਚ ਜਨਰਲ ਕੋਈ ਪ੍ਰੋਬਲਮ ਆ ਗਈ ਵੀ ਕਿਸੇ ਨੂੰ ਸਾਡੇ ਹਸਪਤਾਲ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਚਾਹੀਦੀ ਹੈਗੀ ਹੈ, ਕਿਸੇ ਨੂੰ ਪ੍ਰਾਈਵੇਟ ਹੋਸਪਿਟਲ ਦੇ ਵਿੱਚ ਰਾਤ ਨੂੰ ਐਮਰਜੈਂਸੀ ਪੈ ਗਈ, ਉਹਨਾਂ ਕੋਲ ਐਂਬੂਲੈਂਸ ਨਹੀਂ, ਇਹ ਸਾਨੂੰ ਬਹੁਤ ਕੁਛ ਇਸ ਵੇਲੇ ਮੈਂ ਐਕਸਪੀਰੀਅੰਸ ਕਰਨ ਨੂੰ ਮਿਲਿਆ ਹੈਗਾ ਕਿ ਬੱਚੇ ਨੇ ਜਨਮ ਤਾਂ ਲੈ ਲਿਆ ਪਰ ਬੱਚਾ ਇੱਕਦਮ ਉਹਨੂੰ ਲੋੜ ਹੈਗੀ ਹੈ, ਨਾਲ ਆਕਸੀਜਨ ਤੋਂ ਬਿਨਾਂ ਨਹੀਂ ਸਰਵਾਈਵ ਆ, ਹੋਰ ਫੈਸਿਲਿਟੀ ਚਾਹੀਦੀ ਐਂਬੂਲੈਂਸ, ਉਹ ਤਕਰੀਬਨ ਅਸੀਂ ਪਰਮਾਤਮਾ ਦੀ ਕਿਰਪਾ ਨਾਲ ਸੰਗਤ ਦੇ ਸਹਿਯੋਗ ਨਾਲ ਇੱਕ ਐਂਬੂਲੈਂਸ ਦੇ ਵਿੱਚ ਨਾ ਚਾਰ ਚਾਰ ਅਸੀਂ ਸੇਮ ਟਾਈਮ 'ਤੇ ਆਕਸੀਜਨ ਜਿਹੜੀ ਹੈ ਪ੍ਰੋਵੀਜ਼ਨ ਬਣਾਈ ਹੋਈ ਹੈ ਲਾਉਣ ਦੀ, ਅਤੇ ਹੁਣ ਸਾਨੂੰ ਤਿੰਨ ਤਿੰਨ ਬੰਦੇ ਦਾ ਵੈਸੇ ਵੀ ਉਠਾ ਕੇ ਲਿਜਾਣੇ ਪੈਂਦੇ, ਕਈ ਵਾਰ ਤਾਂ ਜ਼ਿਆਦਾ ਵੀ ਲਿਜਾਣੇ ਪੈਂਦੇ ਆ, ਪਰ ਇਸ ਦੇ ਵਿੱਚ ਹਾਲਾਤ ਇਹੋ ਜਿਹੇ ਹੈਗੇ ਆ, ਵੈਸੇ ਚਾਹੁੰਦੇ ਨਹੀਂ ਅਸੀਂ ਵੀ ਇੱਕ ਐਂਬੂਲੈਂਸ ਦੇ ਵਿੱਚ, ਮਤਲਬ ਅਸੀਂ ਦੇਖਦੇ ਹੁੰਦੇ ਵੀ ਇੱਥੇ ਆਰਾਮ ਨਾਲ ਲੇਟ ਸਕਦੇ, ਇਸ ਸਾਈਡ 'ਤੇ ਲੇਟ ਸਕਦੇ ਹਾਂ, ਸਟ੍ਰੈਚਰ ਹੈਗਾ ਇਸ 'ਤੇ ਲੇਟ ਸਕਦੇ ਹਾਂ, ਪਰ ਸਮਥਿੰਗ ਇਜ਼ ਬੈਟਰ ਦੈਨ ਨਥਿੰਗ, ਬਿਲਕੁਲ ਕੋਸ਼ਿਸ਼ ਕਰਦੇ ਹਾਂ ਵੀ ਐਮਰਜੈਂਸੀ ਹਾਲਾਤਾਂ 'ਚ ਉਹਨਾਂ ਨੂੰ ਸਟੇਬਲ ਕਰਕੇ ਫਟਾਫਟ ਅਸੀਂ ਹਰ ਇੰਸਟੀਚਿਊਟ 'ਚ ਭੇਜਣਾ, ਆਪਣੇ ਹੋਸਪਿਟਲ 'ਚ ਲਿਆਉਣਾ, ਉਹਦੇ ਵਿੱਚ ਅਸੀਂ ਕਾਨੂੰਨ ਦੀ ਰਿਸਪੈਕਟ ਕਰਦੇ ਹਾਂ, ਪਰ ਨਾਗਰਿਕ ਨੂੰ ਕਾਨੂੰਨ ਤੋਂ ਕੁਰਬਾਨ ਨਹੀਂ ਕਰ ਸਕਦੇ, ਸਾਡੀ ਕਮਜ਼ੋਰੀ ਕਹਿ ਲਓ, ਸਾਡੀ ਮਜ਼ਬੂਰੀ ਕਹਿ ਲਓ। ਸ਼ਮਸ਼ੇਰ ਸਿੰਘ ਜੀ, ਤੁਸੀਂ ਬਹੁਤ ਸੋਹਣੀ ਗੱਲ ਕੀਤੀ ਆ, ਨਿੱਗਰ ਸੋਚ ਅਤੇ ਸੇਵਾ ਦੇ ਸੰਕਲਪ ਨੂੰ ਲੈ ਕੇ ਜਿਹੜਾ ਤੁਸੀਂ ਚੱਲ ਰਹੇ ਹੋ, ਅਤੇ ਸਾਨੂੰ ਲੱਗਦਾ ਕਿ ਜਿਹੜਾ ਸਾਡਾ ਇਨਸਾਨ ਹੋਣ ਦਾ ਅਸਲ ਮੁੱਲ ਇਹੀ ਆ ਕਿ ਅਸੀਂ ਇਨਸਾਨੀਅਤ ਦੀ ਸੇਵਾ ਕਰਦੇ ਰਹੀਏ, ਨਿਆਸਰਿਆਂ ਨਾਲ ਜੁੜੇ ਰਹੀਏ, ਸਾਨੂੰ ਪਰਮਾਤਮਾ ਨੇ ਜੋ ਤੌਫੀਕ ਦਿੱਤੀ ਆ, ਸਾਨੂੰ ਜੋ ਗੁਣ ਦਿੱਤਾ ਅਸੀਂ ਉਹਨੂੰ ਨਾਲ ਲੈ ਕੇ ਚੱਲੀਏ ਅਤੇ ਹੋਰਨਾਂ ਨੂੰ ਵੀ ਜੋੜੀਏ। ਸੋ ਅੱਜ ਅਸੀਂ ਗੱਲਬਾਤ ਕਰ ਰਹੇ ਸੀਗੇ ਸ਼ਮਸ਼ੇਰ ਸਿੰਘ ਜੀ ਦੇ ਨਾਲ, ਅਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਸਕਰੀਨ 'ਤੇ ਜਿਹੜੇ ਨੰਬਰ ਦੇਖ ਰਹੇ ਹੋ, ਇਹਨਾਂ ਨੰਬਰਾਂ ਦੇ ਰਾਹੀਂ ਤੁਸੀਂ ਇਸ ਸੰਸਥਾ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨਾਲ ਰਾਬਤਾ ਕਾਇਮ ਕਰ ਸਕਦੇ ਹੋ, ਅਤੇ ਤੁਸੀਂ ਹਮੇਸ਼ਾ ਜੁੜੇ ਰਹਿਣਾ ਤਾਂ ਕਿ ਅਸੀਂ ਇਨਸਾਨੀਅਤ ਨੂੰ ਜ਼ਿੰਦਾ ਰੱਖੀਏ ਅਤੇ ਗੁਰੂ ਜੀ ਦੇ ਦੱਸੇ ਹੋਏ ਅਸੂਲਾਂ 'ਤੇ ਚੱਲੀਏ, ਅਤੇ ਆਪਣੇ ਆਪ ਨੂੰ ਇਨਸਾਨ ਹੋਣ ਦਾ ਜਿਹੜਾ ਸਾਡਾ ਹੱਕ ਹੈਗਾ, ਜਿਹੜਾ ਸਾਡਾ ਪ੍ਰਮਾਣ ਹੈਗਾ, ਉਹ ਅਸੀਂ ਸਭ ਨੂੰ ਦਈਏ ਅਤੇ ਇੱਕ ਸੋਹਣੇ ਸਮਾਜ ਦੀ ਸਿਰਜਣਾ ਕਰ ਸਕੀਏ। ਬਹੁਤ ਸਾਰੀਆਂ ਗੱਲਾਂ ਬਾਤਾਂ ਫਿਰ ਅੱਗੇ ਲੈ ਕੇ ਆਵਾਂਗੇ, ਹਾਜ਼ਰ ਹੋਵਾਂਗੇ ਤੁਹਾਡੇ ਨਾਲ। ਮੈਂ ਡਾਕਟਰ ਵੀਰ, ਮੈਨੂੰ ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।